इस चौंक दे विच किन्ने सालां तों तैनात हो? इत्थे सर मैं तकरीबन 2006 तों दो करी मेरी बैच दी इत्थों ट्रांसफर होई आ। उदों बाद फिर परमात्मा की कृपा नाल अफसरां दे सहयोग नाल संगत दे सहयोग नाल मैनूं फिर इत्थे लाया गया। VIP एरिया वा, इत्थे टोटल किन्ने मुलाजम ने जिहड़े ड्यूटी दे रहे ने? इत्थे सर अहीं चार मुलाजम आ जी, दो थानेदार साहब, दो असी छोटे मुलाजम आ होमगार्ड दे मुलाजम। VIP एरिया वा, कई अफसर इत्थे इस एरिए दे विच रहिंदे ने, वो अफसरां दे नाल रोज़ तुहाडा तालमेल हुंदा होगा उन्हां दीआं गड्डियां नूं रस्ता दिवांदे होए? जी 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 सर, सारिआं नूं रस्ता सारिआं नूं दवाईदा जी, पहला अफसरां नूं भी फिर अपनी संगत नूं भी, कृपा करके संगत नूं पहला दवाईदा, क्योंकि अफसर तां जदों आने उदों ही आ, पहला अपनी संगत दा ध्यान जरूर रखीदा वा। इस वेलों तकरीबन 8:30 बजे आ जाईदा वा, 8:30 बजे तो रात दे असीं पूरे 9 बजा के फिर जाणा। कोई तरक्की ਤੁਹਾਡੇ ਤੁਹਾਨੂੰ ਦਿੱਤੀ ਗਈ ਹੈ ਜਾਂ ਕੋਈ ਇਦਾਂ ਦਾ ਤੁਹਾਡੇ ਪ੍ਰਤੀ ਫੈਸਲਾ ਕੀਤਾ ਗਿਆ ਵਾ ਜਿਹੜਾ ਤੁਹਾਨੂੰ ਵੀ ਫਾਇਦੇਮੰਦ ਹੋ ਸਕੇ? ਤਰੱਕੀ ਤਾਂ ਸਰ ਇੱਕ ਦੇਖੋ, ਮੇਰੇ ਮਹਿਕਮੇ ਨੇ ਮੈਨੂੰ ਹੌਲਦਾਰ ਬਣਾਇਆ ਮਹਿਕਮੇ ਦਾ, ਤਰੱਕੀ ਉਸ ਤੋਂ ਬਾਅਦ 'ਚ ਮੈਨੂੰ ਚਲੋ ਕਈ ਸਰਕਾਰਾਂ ਆਈਆਂ, ਅਵਾਰਡ ਮਿਲੇ, ਸਰਟੀਫਿਕੇਟ ਮਿਲੇ, ਤਰੱਕੀ ਤਾਂ ਇਹੀ ਮਿਲੀ। ਸਰਕਾਰ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ? ਸਰ ਸਰਕਾਰ ਨੂੰ ਸੁਨੇਹਾ ਇਹੀ ਦੇਣਾ ਚਾਹੁੰਦੇ ਹਾਂ ਵੀ ਸਾਡੀ ਪੈਨਸ਼ਨ ਲੱਗਣੀ ਚਾਹੀਦੀ ਹੈ, ਭਲਾ ਥੋੜ੍ਹੀ ਲੱਗ ਜੇ ਬਹੁਤੀ ਲੱਗ ਜੇ ਪੈਨਸ਼ਨ ਜ਼ਰੂਰ ਹੋਵੇ, ਨਹੀਂ ਤਾਂ ਅਸੀਂ ਉੱਦਾਂ ਹੀ ਚਲੇ ਜਾਂਦੇ ਘਰਾਂ ਨੂੰ। ਜਿੰਨੇ ਸਾਡੇ ਨਾਲ ਦੇ ਵੀਰ ਵਿਚਾਰੇ ਕਈ ਐਕਸਪਾਇਰ ਹੋ ਗਏ, ਕਈ ਰਿਟਾਇਰਮੈਂਟ ਹੋ ਗਏ, ਬਸ ਖਾਲੀ। ਅਸੀਂ ਅਕਸਰ ਲੁਧਿਆਣਾ ਤੋਂ ਬਾਹਰ ਜਾ ਕੇ, ਖਾਸ ਕਰ ਚੰਡੀਗੜ੍ਹ ਵਰਗੇ ਸ਼ਹਿਰ ਜਾ ਕੇ, ਸਾਰੇ ਟ੍ਰੈਫਿਕ ਦੇ ਨਿਯਮ ਯਾਦ ਰੱਖਦੇ ਹਾਂ, ਪਰ ਜਿੱਦਾਂ ਹੀ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹਾਂ ਸਾਰੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਜਿਹੜੇ ਪੰਜਾਬੀ ਉਡਾਉਂਦੇ ਵਿਖਾਈ ਦਿੰਦੇ ਆ। ਫਿਲਹਾਲ ਤੁਸੀਂ ਵੇਖ ਸਕਦੇ ਹੋ ਅਸੀਂ ਮੌਜੂਦ ਹਾਂ ਮਹਾਨਗਰ ਲੁਧਿਆਣਾ ਦੇ ਫੁਆਰਾ ਵਾਲਾ ਚੌਂਕ ਦੇ ਵਿੱਚ। ਲੁਧਿਆਣਾ ਲਾਈਵ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਅਸੀਂ ਮੌਜੂਦ ਹਾਂ ਫਾਊਂਟੇਨ ਚੌਂਕ ਦੇ ਵਿੱਚ, ਔਰ ਇਸ ਚੌਂਕ ਨੂੰ ਬੜੇ ਅੱਛੇ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਡੈਕੋਰੇਟ ਕੀਤਾ ਗਿਆ ਵਾ। ਹਾਲਾਂਕਿ ਓਸਵਾਲ ਫਾਊਂਡੇਸ਼ਨ ਦੇ ਵੱਲੋਂ ਇਸ ਚੌਂਕ ਦੀ ਜਿਹੜੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ, ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਫਾਊਂਟੇਨ ਚੌਂਕ ਤੋਂ ਤਕਰੀਬਨ 5 ਸੜਕਾਂ ਨੇ, 5-6 ਸੜਕਾਂ ਨੇ ਜਿਹੜੀਆਂ ਵੱਖ-ਵੱਖ ਇਲਾਕਿਆਂ ਨੂੰ ਕੱਟਦੀਆਂ ਨੇ। ਅਗਰ ਇਸ ਤਰਫ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਲ ਰੋਡ ਵੱਲ ਜਿਹੜੀ ਸੜਕ ਹੈ, ਮਾਲ ਰੋਡ ਤੋਂ ਸੜਕ ਫਾਊਂਟੇਨ ਚੌਂਕ ਦੇ ਵਿੱਚ ਆ ਕੇ ਜੁੜਦੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਾਲ ਰੋਡ ਤੋਂ ਆਉਣ ਵਾਲੇ ਟ੍ਰੈਫਿਕ ਦਾ, ਜਿਹੜਾ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ। ਹਾਲਾਂਕਿ ਮਾਲ ਰੋਡ ਤੋਂ ਬਾਅਦ ਜਿਹੜੀ ਦੂਸਰੀ ਸੜਕ ਤੁਹਾਨੂੰ ਵਿਖਾਉਣ ਜਾ ਰਹੇ ਹਾਂ, ਇੱਧਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ, ਰਾਣੀ ਚਾਂਸੀ ਰੋਡ ਇਸ ਰੋਡ ਨੂੰ ਕਿਹਾ ਜਾਂਦਾ, ਜੋ ਕਿ ਕੁਮਾਰ ਮੰਡੀ ਨੂੰ ਟੱਚ ਕਰਦੀ ਹੈ, ਔਰ ਬਾਇਆ ਕੁਮਾਰ ਮੰਡੀ ਆਰਤੀ ਚੌਂਕ ਦੇ ਨਾਲ ਜਾ ਕੇ ਰੋਡ ਹੈ ਜਿਹੜੀ ਫਿਰੋਜ਼ਪੁਰ ਰੋਡ ਦੇ ਨਾਲ ਜੁੜਦੀ ਹੈ। ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫਾਊਂਟੇਨ ਚੌਂਕ ਦੀਆਂ ਨੇ, ਔਰ ਰਾਣੀ ਚਾਂਸੀ ਰੋਡ ਤੋਂ ਬਾਅਦ ਅਗਲੀ ਜਿਹੜੀ ਰੋਡ ਹੈ ਕਾਲਜ ਰੋਡ ਹੈ। ਸੋ ਇਸ ਰੋਡ ਦਾ ਨਾਮ ਹੈਗਾ ਜਿਹੜਾ ਕਾਲਜ ਰੋਡ ਹੈ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਸਿਮਿਟਰੀ ਰੋਡ ਜਿਹੜਾ ਇਸ ਤਰਫ ਆ ਕੇ ਫੁਆਰੇ ਵਾਲੇ ਚੌਂਕ ਦੇ ਨਾਲ ਜੁੜਦਾ ਵਾ। ਹਾਲਾਂਕਿ ਅਗਰ ਕਾਲਜ ਰੋਡ ਦੀ ਗੱਲ ਕੀਤੀ ਜਾਵੇ ਤਾਂ ਇਸ ਕਿਨਾਰੇ 'ਤੇ ਅਗਰ ਫੁਆਰੇ ਵਾਲਾ ਚੌਂਕ ਹੈ ਤਾਂ ਇਸ ਰੋਡ ਦੇ ਉੱਤੇ ਅਗਰ ਤੁਸੀਂ ਜਾਂਦੇ ਹੋ ਤਾਂ ਸਿੱਧਾ ਰੋਜ਼ ਗਾਰਡਨ ਦੇ ਨਾਲ ਇਹ ਰੋਡ ਜਾ ਕੇ ਜੁੜਦੀ ਹੈ, ਔਰ ਰੋਜ਼ ਗਾਰਡਨ ਦੇ ਨਾਲ ਲੱਗਦੀ ਰੋਡ ਹੈ ਜਿਹੜੀ PAU ਰੋਡ, ਉਸ ਰੋਡ ਦਾ ਨਾਮ ਹੈ। ਹਾਲਾਂਕਿ ਫਿਲਹਾਲ ਤੁਸੀਂ ਵੇਖ ਸਕਦੇ ਹੋ ਅਸੀਂ ਮੌਜੂਦ ਹਾਂ, ਸਾਹਮਣੇ ਜਿਹੜਾ ਸਾਈਨ ਬੋਰਡ ਨਜ਼ਰ ਆ ਰਿਹਾ ਸਿਮਿਟਰੀ ਰੋਡ ਇਸ ਤਰਫ ਅਗਰ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਦੱਸਣਾ ਚਾਹਾਂਗਾ ਕਿ ਸਿਮਿਟਰੀ ਰੋਡ ਅੱਗੇ ਜਾ ਕੇ DMC ਰੋਡ ਦੇ ਨਾਲ ਟੱਚ ਕਰ ਜਾਂਦਾ ਹੰਬੜਾ ਰੋਡ ਦੇ ਨਾਲ, ਜਿਹੜਾ ਕਿ ਡੰਡੀ ਸਵਾਮੀ ਚੌਂਕ ਦੇ ਵਿੱਚ ਹੰਬੜਾ ਰੋਡ 'ਤੇ ਜੁੜਦਾ। ਹਾਲਾਂਕਿ ਸਿਮਿਟਰੀ ਰੋਡ ਤੋਂ ਬਾਅਦ ਜਿਹੜਾ ਇਹ ਰੋਡ ਤੁਸੀਂ ਸਾਹਮਣੇ ਸਾਈਨ ਬੋਰਡ ਦੇਖ ਸਕਦੇ ਹੋ, ਬਾਇਆ ਪੁਰਾਣੀ ਕਚਹਿਰੀ ਹੁੰਦੇ ਹੋਏ ਰੇਲਵੇ ਸਟੇਸ਼ਨ ਨੂੰ ਜਿਹੜਾ ਪੁਲ ਨਿਕਲ ਰਿਹਾ ਵਾ, ਨਵਾਂ ਪੁਲ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਬਣਾਇਆ ਗਿਆ ਵਾ, ਉਸ ਰੋਡ ਦੇ ਨਾਲ, ਉਸ ਪੁਲ ਦੇ ਨਾਲ ਇਹ ਰੋਡ ਜੁੜਦਾ। ਹਾਲਾਂਕਿ ਅੱਗੇ
चौरस्ते तो हंबड़ा रोड भी इस रोड के नाल टच करता। तस्वीर तुसी देख सकते हो, असी मौजूद हैं फाउंटेन चौंक दे विच, और अज तुहानू फाउंटेन चौंक दे विच लैके आउण दा कारण भी एक खास है। जिस तरह मैं तुहानू दस रहा सीगा कि ट्रैफिक नियमां दीआं तज्जियां ने जिहड़ियां इत्थे किस तरह उड़ाईआं जांदीआं ने, लेकिन ट्रैफिक कंट्रोल करन दे लई ट्रैफिक मुलाजमां दे वल्लों दिन रात है जिहड़ी ड्यूटी दित्ती जांदी है। सो फाउंटेन चौंक दे विच छे जिहड़ियां सड़कां ने महानगर लुधियाणा दे वख-वख इलाकियां दे विच कटदीआं ने, छेवीं सड़क तुसी उधर देख सकते हो, स्टेडियम बाया स्टेडियम होंदे हुए जगराओं पुल नूं टच करदी है। हालांकि फाउंटेन चौंक दे विच हर वेले ट्रैफिक है जिहड़ा व्यस्तम स्थिति दे विच नज़र आंदा, और इत्थे अक्सर जिहड़े मुलाजम ने ट्रैफिक ड्यूटी देंदे नज़र आंदे है। लेकिन जिहड़े अज मुलाजम दे नाल तुहानूं मिलान जा रहे हैं, वह मुलाजम पिछले कई सालों तो इस चौंक दे विच अक्सर तुसी जदों लंघदे हो उन्हां नूं जरूर वेख्या होवेगा। सो देख सकते हो जसवीर सिंह जी साडे नाल मौजूद ने। जसवीर जी, तुहाडी ट्रैफिक पुलिस भर्ती हुई सी, एक पंजाब पुलिस भर्ती हुई? नहीं सर, मेरी होमगार्ड दे विच भर्ती हुई। होमगार्ड च किहड़े साल दी भर्ती है तुहाडी? मैं सर सन 87 दे विच भर्ती होया सी। उदों मैनूं पहला 2 साल रेलवे पुलिस दे नाल लाया गया GRP दे विच। अच्छा, इस चौंक दे विच किन्ने सालां तों तैनात हो? इत्थे सर मैं तकरीबन 2006 तों, दो करी मेरी बैच दी इत्थों ट्रांसफर हुई आ। उदू बाद फिर परमात्मा की कृपा नाल, अफसरां दे सहयोग नाल, संगत दे सहयोग नाल मैनूं फिर इत्थे लाया गया। जसवीर जी, BIP एरिया वा, इत्थे जज भी रहिंदे ने, ईवन कि DC साहब दा रेजिडेंस भी इत्थे नज़दीक है। VIP एरिया वा, इत्थे टोटल किन्ने मुलाजम ने जिहड़े ड्यूटी दे रहे ने? इत्थे सर असीं 4 मुलाजम हां जी, 2 थानेदार साहब, 2 असीं छोटे मुलाजमां होमगार्ड दे मुलाजम। अच्छा, जदों अक्सर इत्थों अफसर निकलते हैं, क्योंकि VIP एरिया वा, कई अफसर इत्थे इस एरिए दे विच रहिंदे ने, वो अफसरों के नाल रोज़ तुहाडा तालमेल हुंदा होगा उन्हां दीआं गड्डियां नूं रस्ता दवांदे हुए? जी 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 सर, सारिआं नूं रस्ता सारिआं नूं दवाईदा जी, पहला अफसरां नूं भी फिर अपनी संगत नूं भी, कृपा करके संगत नूं पहला दवाईदा, क्योंकि अफसर तां जदों आने उदों ही आ, पहला अपनी संगत दा ध्यान जरूर रखीदा वा। ਇਸ ਸਵੇਰੋਂ ਤਕਰੀਬਨ 8:30 ਵਜੇ ਆ ਜਾਈਦਾ ਵਾ, 8:30 ਵਜੇ ਤੋਂ ਰਾਤ ਦੇ ਅਸੀਂ ਪੂਰੇ 9 ਵਜਾ ਕੇ ਫਿਰ ਜਾਣਾ। ਤੁਸੀਂ ਵੇਖ ਸਕਦੇ ਹੋ 1987 ਤੋਂ ਜਸਵੀਰ ਜੀ ਹੋਮਗਾਰਡਸ ਦੇ ਵਿੱਚ ਭਰਤੀ ਹੋ ਕੇ ਡਿਊਟੀ ਦੇ ਰਹੇ ਨੇ। ਜਦੋਂ ਤੁਸੀਂ ਆਪਣੀ ਜੌਬ ਸ਼ੁਰੂ ਕੀਤੀ ਸੀਗੀ, ਤਨਖਾਹ ਕਿੰਨੀ ਹੁੰਦੀ ਸੀ ਉਸ ਵੇਲੇ? ਉਸ ਟਾਈਮ ਸਰ ਮੇਰੀ ਤਨਖਾਹ ਸੀਗੀ 450 ਰੁਪਈਆ ਮਹੀਨੇ ਦੀ। ਜੀ ਸਰ। ਅੱਛਾ, 87 ਤੋਂ ਲੈ ਕੇ ਹੁਣ ਤੱਕਰ ਇੰਨੇ ਸਾਲ ਹੋ ਗਏ ਤੁਹਾਨੂੰ ਡਿਊਟੀ ਦਿੰਦੇ ਹੋਏ, ਮੈਂ ਸਵਾਲ ਫਿਰ ਵੀ ਇੰਨੇ ਅਧਿਕਾਰੀ ਵੀ ਨਿਕਲਦੇ ਆ, ਰੋਜ਼ ਤਾਲਮੇਲ ਹੁੰਦਾ ਹੋਊਗਾ, ਕੋਈ ਤਰੱਕੀ ਤੁਹਾਡੇ ਤੁਹਾਨੂੰ ਦਿੱਤੀ ਗਈ ਹੈ ਜਾਂ ਕੋਈ ਇੱਦਾਂ ਦਾ ਤੁਹਾਡੇ ਪ੍ਰਤੀ ਫੈਸਲਾ ਕੀਤਾ ਗਿਆ ਵਾ ਜਿਹੜਾ ਤੁਹਾਨੂੰ ਵੀ ਫਾਇਦੇਮੰਦ ਹੋ ਸਕੇ? ਤਰੱਕੀ ਤਾਂ ਸਰ ਇੱਕ ਦੇਖੋ, ਮੇਰੇ ਮਹਿਕਮੇ ਨੇ ਮੈਨੂੰ ਹੌਲਦਾਰ ਬਣਾਇਆ ਮਹਿਕਮੇ ਦਾ, ਤਰੱਕੀ ਉਸ ਤੋਂ ਬਾਅਦ 'ਚ ਮੈਨੂੰ ਚਲੋ ਕਈ ਸਰਕਾਰਾਂ ਆਈਆਂ, ਅਵਾਰਡ ਮਿਲੇ, ਸਰਟੀਫਿਕੇਟ ਮਿਲੇ, ਤਰੱਕੀ ਤਾਂ ਇਹੀ ਮਿਲੀ। ਜਿਹੜੇ ਟ੍ਰੈਫਿਕ ਨਿਯਮ ਤੋੜ ਕੇ ਭੱਜ ਲੈਂਦੇ ਆ, ਇਸ ਤਰ੍ਹਾਂ ਦੇ ਅਧਿਕਾਰੀ ਕਿੰਨੀ ਤਨਦੇਹੀ ਦੇ ਨਾਲ ਆਪਣੀ ਡਿਊਟੀ ਦਿੰਦੇ ਆ, ਉਹਨਾਂ ਦੀ ਜਿਹੜੀ ਡਿਊਟੀ ਆ ਉਹਦੇ 'ਤੇ ਵੀ ਇਲਜ਼ਾਮ ਆ ਜਾਂਦੇ ਆ। ਹਾਲਾਂਕਿ ਲੋਕਾਂ ਨੂੰ, ਫਿਰ ਮੈਂ ਆਮ ਪਬਲਿਕ ਨੂੰ ਇਹ ਕਹਿਣਾ ਚਾਹਾਂਗਾ, ਗੁਜ਼ਾਰਿਸ਼ ਕਰਨਾ ਚਾਹਾਂਗਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰਿਆ ਕਰੋ। ਤੁਹਾਡੇ ਲਈ ਕਈ ਅਧਿਕਾਰੀ ਆਪਣੀ ਤਨਦੇਹੀ ਦੇ ਨਾਲ ਡਿਊਟੀ ਦੇ ਰਹੇ ਨੇ, ਲੇਕਿਨ ਫਿਰ ਵੀ ਐਕਸੀਡੈਂਟ ਵੀ ਵੇਖਣ ਨੂੰ ਮਿਲਦੇ ਆ, ਹੋਰ ਵੀ ਕਈ ਵਾਰਦਾਤਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਨੇ। ਹਾਲਾਂਕਿ ਜਸਵੀਰ ਜੀ ਦੇ ਨਾਲ ਅੱਜ ਇੰਟਰਵਿਊ ਕਰਨ ਦਾ ਪਰਪਸ ਇਹ ਵੀ ਹੈ ਕਿ ਇਹਨਾਂ ਦੀ ਡਿਊਟੀ ਜਿਹੜੀ ਇਹ ਤਨਦੇਹੀ ਦੇ ਨਾਲ ਦਿੰਦੇ ਆ, ਇਹਨਾਂ ਦੀ ਆਵਾਜ਼ ਹੈ ਜਿਹੜੀ ਸਰਕਾਰ ਤੱਕ ਪਹੁੰਚਾਈ ਜਾ ਸਕੇ ਔਰ ਇਹਨਾਂ ਨੂੰ ਤਰੱਕੀ ਮਿਲੇ, ਕਿਉਂਕਿ ਕਿੰਨੇ ਸਾਲਾਂ ਤੋਂ ਜਿਵੇਂ ਇਹਨਾਂ ਨੇ ਦੱਸਿਆ ਕਿ 450 ਰੁਪਏ ਤੋਂ ਇਹਨਾਂ ਨੇ ਆਪਣੀ ਜੌਬ ਹੈ ਜਿਹੜੀ ਹੋਮਗਾਰਡਸ ਦੇ ਵਿੱਚ ਭਰਤੀ ਹੋ ਕੇ ਸ਼ੁਰੂ ਕੀਤੀ ਹੈ, ਕਿੱਥੇ ਡਿਊਟੀ 'ਤੇ ਤੈਨਾਤ ਰਹੇ ਹੋ ਤੁਸੀਂ? ਮੈਂ ਸਰ ਪਹਿਲਾਂ ਰਿਹਾ ਜੀ GRP ਦੇ ਵਿੱਚ 2 ਸਾਲ, ਉਸ ਤੋਂ ਬਾਅਦ ਸਰ ਮੈਂ ਰਿਹਾ ਡਿਵੀਜ਼ਨ ਨੰਬਰ 5 ਦੇ ਵਿੱਚ, ਫਿਰ ਮੈਂ ਸਰ ਰਿਹਾ ਮਾਡਲ ਟਾਊਨ ਤੋਂ ਬਾਅਦ 'ਚ ਡਿਵੀਜ਼ਨ ਨੰਬਰ 6 'ਚ, ਡਿਵੀਜ਼ਨ ਨੰਬਰ 6 ਤੋਂ ਫਿਰ ਸਰ ਮੇਰੀ ਇੱਧਰ ਟ੍ਰੈਫਿਕ 'ਚ ਬਦਲੀ ਹੋ ਗਈ। ਟ੍ਰੈਫਿਕ 'ਚੋਂ ਚਲੋ ਇੱਥੋਂ ਵੈਸੇ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਖੜ੍ਹੇ ਨੂੰ, 2-4 ਵਾਰੀ ਇੱਥੋਂ ਮੇਰੀ ਬਦਲੀ ਫਿਰ ਹੋਈ ਆ, ਫਿਰ ਪਰ ਤਕਰੀਬਨ ਮੈਨੂੰ ਸੰਗਤ ਦੇ ਸਹਿਯੋਗ ਨਾਲ, ਜਨਤਾ ਦੇ ਔਰ ਅਫਸਰਾਂ ਦੇ ਸਹਿਯੋਗ ਨਾਲ ਫਿਰ ਮੈਨੂੰ ਦੁਬਾਰਾ ਇੱਥੇ ਲਾਇਆ ਗਿਆ। ਅੱਛਾ, ਤੁਹਾਡੇ ਪਰਿਵਾਰ ਦੀ ਅਗਰ ਗੱਲ ਕੀਤੀ ਜਾਵੇ, ਕਿੰਨੇ ਬੱਚੇ ਨੇ, ਪਰਿਵਾਰ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਤਾਂ? ਬੱਚੇ ਸਰ ਮੇਰੇ
दो बेटे ने जी, एक बेटा 11वीं च पढ़ता, एक बेटा 7वीं च पढ़ता। तो हुण तां तुहानू जिहड़ी सैलरी मिल रही है, मौजूदा पे ग्रेड होना तुहाडा? सैलरी सर इस टाइम मैनू मिलदी आ 30,000 रुपया महीने। अच्छा जी, जी 450 रुपए तो स्टार्ट होके 30,000 रुपए सैलरी तक ਤੁਸੀਂ ਇਸ ਵੇਲੇ ਪਹੁੰਚੇ ਹੋ। ਜੀ ਜੀ ਜੀ। ਇਸ ਤੋਂ ਇਲਾਵਾ ਹੋਰ ਵੀ ਕੋਈ ਅਲਾਉਂਸਸ ਨੇ ਜਿਹੜੇ ਮਿਲ ਰਹੇ ਨੇ? ਨਹੀਂ ਸਰ, ਹੋਰ ਕੋਈ ਨਹੀਂ। ਅੱਛਾ, ਤੁਸੀਂ ਅਕਸਰ ਅਸੀਂ ਦੇਖਦੇ ਆ ਲੋਕਾਂ ਨੂੰ ਬੜਾ ਤਨਦੇਹੀ ਦੇ ਨਾਲ, ਜਿਵੇਂ ਮੈਂ ਕਹਿ ਰਿਹਾ, ਮੈਂ ਲੋਕਾਂ ਨੂੰ ਗਾਈਡ ਵੀ ਕਰਦੇ ਹਾਂ, ਲੋਕਾਂ ਨੂੰ ਸਮਝਾਉਂਦੇ ਵੀ ਹਾਂ, ਕਈ ਵਾਰ ਟ੍ਰੈਫਿਕ ਰੋਕਣਾ ਵੀ ਪੈਂਦਾ ਵਾ। ਕਦੇ ਕੋਈ ਇਦਾਂ ਦੀ ਕੋਈ ਵਾਰਦਾਤ, ਕੋਈ ਇਦਾਂ ਦੀ ਘਟਨਾ ਜਿਹੜੀ ਤੁਹਾਡੇ ਨਾਲ ਹੋਈ ਹੋਵੇ? ਹੋਈ ਹੈ ਸਰ, ਮੈਂ ਜਿੱਦਾਂ ਨਾ ਪਿਛਲੀ 17 ਜਨਵਰੀ ਨੂੰ ਪਰਲੀ ਸਾਈਡ 'ਤੇ ਖੜਾ ਸੀਗਾ। ਅੱਛਾ। ਇਸ ਤਰ੍ਹਾਂ ਰੋਕ ਕੇ ਖੜਾ, ਚਲੋ ਇੱਕ ਭਾਈ ਸਾਹਿਬ ਆਏ ਆ ਕੇ ਮੇਰੇ ਵਿੱਚ ਮਾਰਿਆ ਮੋਟਰਸਾਈਕਲ, ਮੈਂ ਕਿਹਾ ਉਹਨੂੰ ਦੀਂਦਾ ਨਹੀਂ ਗਾ। ਉਸ ਭਾਈ ਸਾਹਿਬ ਨੇ ਇੱਕ ਏ ਸੀ ਓ ਜਿਹਾ ਇਹ ਬਣਾ ਲਿਆ ਕਿ ਤੁਸੀਂ ਮੈਨੂੰ ਗਾਲ ਕੱਢੀ ਆ, ਦੇਖੋ ਜੀ ਅਸੀਂ ਗਾਲਾਂ ਥੋੜ੍ਹੀ ਕੱਢਣ ਆਉਂਦੇ ਹਾਂ ਕਿਸੇ ਨੂੰ, ਅਸੀਂ ਤਾਂ ਇਹ ਸੰਗਤ ਦੇ ਸੇਵਕ ਹਾਂ, ਕੋਈ ਸੇਵਕ ਥੋੜ੍ਹੀ ਆਪਦੇ ਮਾਲਕਾਂ ਨੂੰ ਗਾਲਾਂ ਕੱਢਦਾ, ਜਿਨ੍ਹਾਂ ਦੇ ਸਿਰ 'ਤੇ ਸਾਨੂੰ ਸਾਡੇ ਬੱਚੇ ਪਲਦੇ, ਅਸੀਂ ਰੋਟੀ ਪਲ ਕਮਾਉਂਦੇ ਹਾਂ, ਜੇ ਅਸੀਂ ਗਾਲਾਂ ਕੱਢੀਏ ਤਾਂ ਫਿਰ ਅਸੀਂ ਇੱਥੇ ਮੁਲਾਜ਼ਮ ਕਾਹਦੇ ਹਾਂ, ਠੀਕ ਹੈ ਕਿ ਨਹੀਂ? ਸੋ ਜਿਹੜੇ ਲੋਕ ਟ੍ਰੈਫਿਕ ਪੁਲਿਸ ਦੇ ਉੱਤੇ ਉਂਗਲ ਖੜੀ ਕਰ ਦਿੰਦੇ ਆ, ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਆ, ਉਹਨਾਂ ਨੂੰ ਸਪੈਸ਼ਲ ਬੇਨਤੀ ਹੈ ਕਿ ਜਸਵੀਰ ਸਿੰਘ ਜੀ ਦੀ ਇੰਟਰਵਿਊ ਜ਼ਰੂਰ ਵੇਖਣ, ਜਿਹੜੇ ਕਿ ਕਈ ਸਾਲਾਂ ਤੋਂ ਇਸ ਚੌਂਕ ਦੇ ਵਿੱਚ ਤੈਨਾਤ ਨੇ। ਹਾਲਾਂਕਿ ਜਿਵੇਂ ਦੱਸ ਰਹੇ ਨੇ ਕਿ ਇੱਕ ਘਟਨਾ ਇਹਨਾਂ ਦੇ ਨਾਲ ਵਾਪਰੀ ਹੈ, ਇੱਕ ਮੁੰਡੇ ਨੇ ਹੈਲਮਟ ਤੱਕ ਇਹਨਾਂ ਦੇ ਮਾਰੇ। ਮੈਨੂੰ ਤਾਂ 10 ਉਸ ਬੰਦੇ ਨੇ ਹੈਲਮਟ ਮਾਰਿਆ ਇੰਨੇ ਜ਼ੋਰ ਨਾਲ, ਘੱਟ ਤੋਂ ਘੱਟ 10 ਮਿੰਟ ਮੈਨੂੰ ਦਿਖਿਆ ਤੱਕ ਨਹੀਂ ਗਿਆ ਕੁਛ, ਮੈਂ ਤਾਂ ਹੱਥ ਪਾ ਕੇ ਖੜਾ ਰਿਹਾ ਉੱਥੇ। ਪਰ ਆਪਾਂ ਤਾਂ ਚਲੋ ਫਿਰ ਵੀ ਉਸ ਬੰਦੇ ਨੂੰ ਕੋਈ ਐਡਾ ਕਿਹਾ ਨਹੀਂ ਗਾ, ਜਨਤਾ ਨੇ ਜ਼ਰੂਰ ਉਹਨੂੰ ਕਿਹਾ ਮਾੜਾ ਚੰਗਾ ਵੀ ਭਾਈ ਤੂੰ ਇਹਦੇ ਕਿਉਂ ਮਾਰਿਆ। ਸੋ ਇਹਨਾਂ ਦੇ ਉੱਤੇ ਇਲਜ਼ਾਮ ਲਗਾਇਆ ਗਿਆ ਕਿ ਇਹਨਾਂ ਨੇ ਗਾਲ ਕੱਢੀ ਆ, ਹਾਲਾਂਕਿ ਤੁਸੀਂ ਇਹਨਾਂ ਨੂੰ ਵੇਖ ਕੇ ਆਪ ਸੋਚ ਸਕਦੇ ਹੋ ਕਿ ਇਹਨਾਂ ਤੋਂ ਗਾਲ ਐਕਸਪੈਕਟ ਕੀਤੀ ਜਾ ਸਕਦੀ ਹੈ ਜਾਂ ਕੱਢ ਸਕਦੇ ਨੇ ਇਹ ਗਾਲ। ਲੇਕਿਨ ਇੱਥੇ ਤਮਾਮ ਇਹਨਾਂ ਦੀ ਤਰ੍ਹਾਂ ਜਿੰਨੇ ਵੀ ਮੁਲਾਜ਼ਮ ਆਪਣੀ ਤਨਦੇਹੀ ਦੇ ਨਾਲ ਡਿਊਟੀ ਦੇ ਰਹੇ ਨੇ, ਉਹਨਾਂ ਨੂੰ ਸਾਰਿਆਂ ਨੂੰ ਲੁਧਿਆਣਾ ਲਾਈਵ ਦੀ ਟੀਮ ਸਲੂਟ ਕਰਦੀ ਹੈ ਔਰ ਤਮਾਮ ਮੁਲਾਜ਼ਮਾਂ ਨੂੰ ਸਲੂਟ ਕਰਦੀ ਹੈ ਜਿਹੜੇ ਇਸ ਤਰ੍ਹਾਂ ਆਪਣੀ ਤਨਦੇਹੀ ਦੇ ਨਾਲ ਡਿਊਟੀ ਦੇ ਰਹੇ ਨੇ। ਸੋ ਤਮਾਮ ਜਿਵੇਂ VIP ਰੋਡ ਹੈ, VIP ਏਰੀਆ ਵਾ, ਅਫਸਰ ਇੱਥੋਂ ਦੀ ਨਿਕਲਦੇ ਆ ਔਰ ਇਹਨਾਂ ਅਫਸਰਾਂ ਨੂੰ ਇਸੇ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੀ ਟ੍ਰੈਫਿਕ ਮੁਲਾਜ਼ਮ ਨੇ ਰਸਤਾ ਰੋਕ ਕੇ ਉਹਨਾਂ ਨੂੰ ਰਸਤਾ ਵੀ ਦਿਵਾਉਂਦੇ ਆ ਔਰ ਆਮ ਟ੍ਰੈਫਿਕ ਨੂੰ ਵੀ ਇੱਥੋਂ ਰਸਤਾ ਦਿਵਾਇਆ ਜਾਂਦਾ ਵਾ। ਸੋ ਫਿਰ ਤੋਂ ਜਸਵੀਰ ਜੀ ਕੋਲੇ ਚੱਲਦੇ ਹਾਂ, ਜਸਵੀਰ ਜੀ ਆਪਣੀ ਡਿਊਟੀ ਦੇ ਰਹੇ ਨੇ। ਜਸਵੀਰ ਜੀ, ਪਿਛਲੇ 35 ਸਾਲਾਂ ਤੋਂ ਤੁਸੀਂ ਇੱਥੇ ਡਿਊਟੀ ਦੇ ਰਹੇ ਹੋ, ਸਰਕਾਰ ਦੀ ਨਜ਼ਰ ਨਹੀਂ ਪਈ ਤੁਹਾਡੇ 'ਤੇ? ਇੱਥੇ ਸਰ 35 ਸਾਲਾਂ ਤੋਂ ਨਹੀਂ, ਪਹਿਲਾਂ ਤਾਂ ਮੈਂ ਥਾਣਿਆਂ ਦੇ ਵਿੱਚ ਰਿਹਾ, ਇੱਥੇ ਮੈਨੂੰ ਹੋ ਗਏ 10-12 ਸਾਲ ਤਕਰੀਬਨ ਲਗਾਤਾਰ, ਪਰ ਤਰੱਕੀ ਤਰੁੱਕੀ ਤਾਂ ਕੋਈ ਨਹੀਂ ਹੋਈ ਜੀ। ਡਿਪਾਰਟਮੈਂਟ 'ਚ ਤਾਂ 35 ਸਾਲਾਂ ਤੋਂ ਲੱਗੇ ਹੋਏ ਹੋ, ਪਿਛਲੇ 10-12 ਸਾਲਾਂ ਤੋਂ ਲਗਾਤਾਰ ਇਸ ਚੌਂਕ 'ਚੋਂ? ਜੀ ਸਰ, ਜੀ ਸਰ, ਹਾਂਜੀ। ਕਦੇ ਸਰਕਾਰ ਦੀ ਜਾਂ ਅਫਸਰਾਂ ਦੀ ਨਿਗਾਹ ਨਹੀਂ ਪਈ? ਮੈਂ ਇਹੀ ਸਵਾਲ ਕਰ ਰਿਹਾ ਤੁਹਾਨੂੰ। ਅਫਸਰਾਂ ਦੀ ਨਿਗਾਹ ਤਾਂ ਬਸ ਆਹੀ ਆ ਜੀ, ਕੋਈ ਲੰਘ ਜਾਂਦੇ ਆ, ਅਫਸਰ ਉੱਦਾਂ ਸਤਿਕਾਰ ਦਿੰਦੇ ਆ, ਪੁੱਛਦੇ ਦੱਸਦੇ ਕੋਈ ਦੁੱਖ ਤਕਲੀਫ, ਪਰ ਤਰੱਕੀ ਕੋਈ ਨਹੀਂ ਹੋਈ ਹਲੇ। ਸੋ ਇਹਨਾਂ ਦੇ ਬਿਹਾਫ 'ਤੇ ਅਸੀਂ ਰਿਕੁਐਸਟ ਕਰਨਾ ਚਾਹਾਂਗੇ ਕਿ ਅਗਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਸਰਕਾਰ ਵੇਖ ਰਹੀ ਹੈ ਇਸ ਨਿਊਜ਼ ਨੂੰ ਜਾਂ ਜਿੰਨੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ, ਜਸਵੀਰ ਸਿੰਘ ਜੀ ਦੇ ਲਈ ਅਸੀਂ ਰਿਕੁਐਸਟ ਕਰਾਂਗੇ ਕਿ ਇਹਨਾਂ ਨੂੰ ਵੀ ਕੋਈ ਤਰੱਕੀ ਦਿੱਤੀ ਜਾਵੇ। ਪਿਛਲੇ 12 ਸਾਲਾਂ ਤੋਂ ਜਿਵੇਂ ਇਹ ਦੱਸ ਰਹੇ ਨੇ ਫਿਕਸ ਇਸ ਰੋਡ 'ਤੇ ਇਸ ਚੌਂਕ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਔਰ ਡਿਪਾਰਟਮੈਂਟ ਦੇ ਵਿੱਚ ਪੰਜਾਬ ਹੋਮਗਾਰਡ ਦੇ ਵਿੱਚ ਪਿਛਲੇ 35 ਸਾਲਾਂ ਤੋਂ, ਜਿਵੇਂ ਕਿ 1987 ਤੋਂ ਇਹ ਦੱਸ ਰਹੇ ਨੇ ਕਿ ਡਿਊਟੀ ਹੈ ਜਿਹੜੀ ਇਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ। ਰਿਟਾਇਰਮੈਂਟ ਕਰਦੀ ਹੈ? ਰਿਟਾਇਰਮੈਂਟ ਸਰ ਮੇਰੀ 27 ਦੇ ਵਿੱਚ, 2027 ਦੇ ਵਿੱਚ। ਅੱਛਾ, ਕੀ ਸੁਨੇਹਾ ਸਰਕਾਰ ਨੂੰ, ਕੀ ਸੁਨੇਹਾ ਦੇਣਾ ਚਾਹੁੰਦੇ? ਸਰ ਸਰਕਾਰ ਨੂੰ ਸੁਨੇਹਾ ਇਹੀ ਦੇਣਾ ਚਾਹੁੰਦੇ ਹਾਂ ਵੀ ਸਾਡੀ ਪੈਨਸ਼ਨ ਲੱਗਣੀ ਚਾਹੀਦੀ ਹੈ, ਭਲਾ ਥੋੜ੍ਹੀ ਲੱਗ ਜੇ ਬਹੁਤੀ ਲੱਗ ਜੇ ਪੈਨਸ਼ਨ ਜ਼ਰੂਰ ਹੋਵੇ, ਨਹੀਂ ਤਾਂ ਅਸੀਂ ਉੱਦਾਂ ਹੀ ਚਲੇ ਜਾਂਦੇ ਘਰਾਂ ਨੂੰ। ਜਿੰਨੇ ਸਾਡੇ ਨਾਲ ਦੇ ਵੀਰ ਵਿਚਾਰੇ ਕਈ ਐਕਸਪਾਇਰ ਹੋ ਗਏ, ਕਈ ਰਿਟਾਇਰਮੈਂਟ ਹੋ ਗਏ, ਬਸ ਖਾਲੀ। ਸੋ ਜਿਹੜੇ ਲੋਕ ਇਹ ਸੋਚਦੇ ਨੇ ਵੀ ਟ੍ਰੈਫਿਕ ਮੁਲਾਜ਼ਮ ਬੜੀ ਇਨਕਮ ਕਰਦੇ ਨੇ, ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫਾਊਂਟੇਨ ਚੌਂਕ ਦੇ ਵਿੱਚ, ਇਸ ਤਰ੍ਹਾਂ ਦੇ ਮੁਲਾਜ਼ਮ ਆਪਣੀ ਤਨਦੇਹੀ ਦੇ ਨਾਲ ਡਿਊਟੀ ਦਿੰਦੇ ਨਜ਼ਰ ਆਉਂਦੇ ਆ। ਲੇਕਿਨ ਸਰਕਾਰ ਨੂੰ ਸੰਗਿਆਨ ਲੈਣਾ ਜ਼ਰੂਰ ਬਣਦਾ ਵਾ ਕਿ ਇਹਨਾਂ ਨੇ ਜਿਵੇਂ ਡਿਮਾਂਡ ਕੀਤੀ ਹੈ ਕਿ ਪੈਨਸ਼ਨ ਲੱਗਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮੁਲਾਜ਼ਮਾਂ ਦੀ, ਖਾਸ ਕਰ
जेडे कि अपनी जान भी जी है रिस्क ते रख के ड्यूटी देंदे आ, क्योंकि कोई पता नहीं पिछों गड्डी आके टक्कर मार जावे। जिवें दस रहे ने कि एक थां ते इन्हां ने ट्रैफिक रोकिया तां पिछों मोटरसाइकिल आके इन्हां दे विच लगा, उस दौरान इन्हां नूं होस्पिटल च भी भर्ती होना पिया। किन्ने तो किन्ने बजे तक ड्यूटी इत्थे करदे हो? सवेरों सर असीं 8:30 बजे आए हैं, 8:30 बजे तो आके असीं रात दे 9 बजे जाने, पूरे 9 बजे। सो कैलकुलेट तुसीं खुद कर लो, सवेरे 8:30 बजे आके रात दे 9 बजे इत्थों जाते हैं। अक्सर लुधियाना निवासी जो इस रोड तो दी गुजरते होंगे तो चेहरा देख सकते हो। जसवीर जी अक्सर तुहानू इत्थे ड्यूटी देंदे नज़र आएंगे। जसवीर जी फाइनल सवाल तुहाडे नाल, सरकार नूं तां तुसीं अपील करती आ, अपने लोकल उच्च अधिकारियों नूं की अपील करनी चाहते हो? बस उच्च अधिकारियों नूं भी यही अपील है जी साडी, भी साडा छोटे मुलाजमान का तकरीबन कह कुआ के माड़ा मोटा किया जाए, कुछ ना कुछ कराया जाए, कोई पेंशन बारे कहा जाए। सो जसवीर जी अपने बारे अपने परिवार के बारे भी, हालांकि इन्होंने दसिया दो बेटे ने और उन्हां दी पढ़ाई लिखाई भी करवा रहे ने। 450 रुपये तो 1987 दे विच पंजाब होम गार्ड दे विच इन्हां दी भर्ती हुई और उस तो बाद अज तक 35 साल ने जिहड़े डिपार्टमेंट नूं इन्हां ने देते है, लेकिन पिछले 10-12 साल तो इस चौंक दे विच अक्सर तुसीं वेख सकते हो आउंदे जांदे। इस चौंक दे विच जसवीर सिंह जी अक्सर तुहानूं इत्थे मौजूद मिलणगे, लेकिन सरकार दे वल इक सवाल जरूर है कि इस तरह के जिहड़े मुलाजम अपनी तनदेही दे नाल ड्यूटी देंदे है, उन्हां मुलाजमां दे लई भी कुछ सोचना बनदा वा? सरकार अगर आम आदमी पार्टी दी आई है, अगर पिछलियां सरकारां ने इस तरह के मुलाजमां दे लई नहीं कुछ सोचिया तां आम आदमी पार्टी दी सरकार दे वल जिवें हर पंजाबी उम्मीद की निगाह दे नाल वेख रहा, तां इस तरह के पंजाबी इस तरह के मुलाजम भी उम्मीद की निगाह दे नाल वेख रहे ने कि शायद सरकार है जिहड़ा इन्हां लई भी कुछ सोचेगी। सो फिलहाल तस्वीरां तुसीं वेख सकते हो लुधियाना दे फाउंटेन चौंक दियां ने, जिथे कि जसवीर सिंह ट्रैफिक मुलाजम ने पिछले 12 सालों तो लगातार इस चौंक दे विच तैनात ने और तनदेही दे नाल अक्सर असीं इन्हां नूं ड्यूटी देंदे वेखदे हां। सो इस अज दी ताज़ा तस्वीर, फिर मिलते हैं नवीं तस्वीरां दे नाल। फिलहाल मैनू दिओ इजाज़त, कैमरामैन नवाब दे नाल अरुण कौशल दी खास रिपोर्ट, वेखते रहो लुधियाना लाइव।